ਮੇਰੇ ਮੈਂ ਆਪਣੀ ਭੂਆ ਦੇ ਮੁੰਡੇ ਦਾ ਵਿਆਹ ਛੱਡਦਾ ਸੀ। ਅੱਛਾ ਯਾਰ। ਹਾਂ ਇਹ ਝੋਟੇ ਵਿੱਚ ਹੈ ਬਈ। ਹਾਂ ਨਾ ਮੇਰੇ ਜਿਹੜਾ ਕੋਈ ਰੀਜਨਲ ਕੰਮ ਕਰਦਾ ਸੀ ਕੋਈ ਘਾਟਾ ਨਹੀਂ ਹੈਗਾ। ਯਾਨੀ ਕਿ ਇੱਕ ਤਰ੍ਹਾਂ ਦੀ ਐਫਡੀ ਆਪਣੀ ਇਹ ਤਿੰਨ ਟਾਈਮ ਤਾਂ ਯਾਨੀ ਕਿ ਡੇਲੀ ਨਵਾਣੀ ਨਵਾਣਾ ਆਪਾਂ ਨੇ। ਅੱਛਾ। ਹਾਂਜੀ ਦੋਸਤੋ ਬਈ ਅੱਜ ਤੁਹਾਨੂੰ ਇੱਕ ਲੱਖਾਂ ਦੀ ਕੀਮਤ ਦਾ ਝੋਟਾ ਦਿਖਾਣਾ ਨੀਲੀ ਰਾਵੀ ਨਸਲ ਹੈ ਤੇ ਨਾਮ ਵੀ ਇਹਦਾ ਬਾਈ ਦੁੱਲ ਹੈ ਤੇ ਬਾਈ ਮਤਲਬ ਕਿ ਦੁੱਲ ਆ ਕੇ ਕੀ ਬੁਲਾਉਂਦਾ ਇਹਨੂੰ ਤੇ ਬਾਈ ਨੂੰ ਪੁੱਛਦਾ ਵੀ ਕੀ ਡਿਟੇਲ ਹੈ ਤੇ ਕਿਹੜੀ ਬਲੱਡ ਲਾਈਨ ਹੈ ਇਹ ਪਹਿਲਾਂ ਤੁਸੀਂ ਦੇਖ ਲਓ ਵੀ ਕਿਵੇਂ ਬਾਈ ਜੀ। ਬਹੁਤ ਵਧੀਆ ਬਾਈ ਜੀ ਤੁਸੀਂ ਦੱਸੋ। ਬਾਈ ਜੀ ਕੀ ਕਿਹੜੀ ਨਸਲ ਹੈ ਇਹ? ਬਾਈ ਨੀਲੀ ਰਾਵੀ ਨਸਲ ਦਾ ਝੋਟਾ ਹੈ। ਅੱਛਾ ਜੀ। ਯਾਨੀ ਕਿ ਬਾਪ ਪੱਖੋਂ ਅਲਬਖਸ਼ ਇਹਦਾ ਬਾਪ ਹੈ। ਠੀਕ ਹੈ ਜੀ। ਡਾਇਰੈਕਟ ਕ੍ਰੋਸਿੰਗ ਦਾ ਹੈ। ਅੱਛਾ ਜੀ। ਮਾਂ ਵੀ ਇਹਦੀ ਆਪਣੇ ਕੋਲ 16 ਕਿਲੋ 400 ਗ੍ਰਾਮ ਯਾਨੀ ਕਿ ਉਹਦਾ ਦੂਜੇ ਸੂਬੇ ਦਾ ਰਿਕਾਰਡ ਹੈ। ਅੱਛਾ ਤੁਹਾਡੇ ਕੋਲ ਹੀ ਹੋਵੇ? ਹਾਂ ਆਪਣੇ ਕੋਲ ਹੀ ਹੈ। ਠੀਕ ਹੈ। ਯਾਨੀ ਕਿ ਉਹਦੀ ਮਾਂ ਬਾਹੂਬਲੀ ਰੋਡਾਂ ਵਾਲਾ ਕਿਹੜਾ ਸਾਹ ਹੈ ਉਹਦੀ ਝੁੱਟੀ ਹੈ। ਅੱਛਾ। ਇਹ ਆਪ ਅਲਬਖਸ਼ ਦਾ ਡਾਇਰੈਕਟ ਕ੍ਰੋਸਿੰਗ ਦਾ। ਅੱਛਾ। ਜਿਹੜਾ ਯਾਨੀ ਕਿ ਪੀਡੀਐਫ ਦਾ ਚੈਂਪੀਅਨ ਝੁੱਟਾ ਹੈ। ਤੇ ਅੱਛਾ ਦੁੱਲਾ ਨਾਮ ਰੱਖਿਆ ਹੋਇਆ ਬਾਈ? ਹਾਂ ਬਈ ਦੁੱਲਾ ਨਾਮ ਹੈ ਇਹਦਾ। ਤੇ ਬਾਈ ਇੱਕ ਕਹਿੰਦੇ ਮਤਲਬ ਕਿ ਵੀ ਪਸ਼ੂਆਂ ਚੋਂ ਕਹਿੰਦੇ ਵੀ ਕਮਾਈ ਹੈ ਨਹੀਂ ਬੰਦਾ ਵੀ ਘੱਟ ਹੀ ਖਾਂਦਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਾ ਵੀਰੇ ਜਿਹੜਾ ਕੋਈ ਰੀਜਨਲ ਕੰਮ ਕਰਦਾ ਸੀ ਕੋਈ ਘਾਟਾ ਨਹੀਂ ਹੈਗਾ। ਯਾਨੀ ਕਿ ਇੱਕ ਤਰ੍ਹਾਂ ਦੀ ਐਫਡੀ ਆਪਣੀ ਇਹ। ਅੱਛਾ ਜੀ। ਬੱਚੇ ਪਾਲਾ ਤੇ ਸ਼ੌਂਕ ਲਾ ਕੇ ਜਮਾਂ ਰੀਜਨ ਵਾਲਾ। ਹਾਂ ਸਹੀ। ਕੋਈ ਘਾਟਾ ਨਹੀਂ ਹੈਗਾ ਜਿਹੜੇ ਨੂੰ ਯਾਨੀ ਕਿ ਗੋਹ ਚੋਂ ਮੁਸ਼ਕ ਆਉਂਦਾ ਉਹਨਾਂ ਵਾਸਤੇ ਘੱਟ ਹੀ ਹੈ। ਹਾਂ ਉਹਨਾਂ ਵਾਸਤੇ ਘੱਟ ਹੀ ਹੈ ਬਾਈ। ਬਾਕੀ ਇੱਕ ਗੱਲ ਹੋਰ ਵੀ ਹੈ, ਰਿਸ਼ਤੇਦਾਰੀ 'ਚ ਜਾਣਾ ਬੰਦਾ ਔਖਾ ਹੀ ਹੋ ਜਾਂਦਾ ਹੈ ਨਾ। ਮੇਰੇ ਮੈਂ ਆਪਣੀ ਭੂਆ ਦੇ ਮੁੰਡੇ ਦਾ ਵਿਆਹ ਛੱਡਦਾ ਸੀ। ਅੱਛਾ ਯਾਰ। ਹਾਂ ਇਹ ਝੋਟੇ ਵਿੱਚ ਹੈ ਬਾਈ? ਹਾਂ ਮਤਲਬ ਸਾਰੇ ਪਸ਼ੂ ਤੁਸੀਂ ਵੀ ਸਾਰਾ ਦਿਨ ਪਸ਼ੂਆਂ 'ਚ ਰਹਿਣਾ ਪੈਂਦਾ ਬੰਦੇ ਨੂੰ ਹੈ ਨਾ। ਭੂਆ ਦਾ ਇਕੱਲੀ ਮੁੰਡਾ ਸੀ ਯਾਨੀ ਕਿ ਉਹਦਾ ਵਿਆਹ ਸੀ। ਅੱਛਾ। ਉਹ ਵੀ ਨਾਰਾਜ਼ ਹੋਇਆ। ਆਹ ਚੀਜ਼ ਦੀ ਥੋੜੀ ਦਿੱਕਤ ਹੈਗੀ ਨਾ ਵੀ ਰਿਸ਼ਤੇਦਾਰੀਆਂ ਦੇ ਪ੍ਰੋਗਰਾਮ ਵੀ ਛੱਡਣੇ ਪੈ ਜਾਂਦੇ। ਇਹ ਤਾਂ ਬਈ ਪਰ 24 ਘੰਟੇ ਬੰਦਾ ਪਾਲਦੇ ਨੇ। ਹਾਂ ਸਹੀ ਗੱਲ ਹੈ। ਕੋਈ ਵੀ ਇੱਕ ਹੋਰ ਗੱਲ ਹੈ ਬਾਈ, ਹੁਣ ਜਿਵੇਂ ਖੁਰਾਕ ਨਾਲੋਂ ਵੱਧ ਜੇ ਮਾਲਕ ਦਾ ਹੱਥ ਫਿਰਦਾ ਰਵੇ ਹਨਾ ਪਸ਼ੂ ਤੇ ਉਹ ਚੀਜ਼ ਵੱਧ ਕੰਮ ਕਰਦੀ ਹੈ ਹਨਾ। ਹਾਂ ਬਾਈ ਇਹਨੂੰ ਤਿੰਨ ਟਾਈਮ ਤਾਂ ਯਾਨੀ ਕਿ ਡੇਲੀ ਨਵਾਣੀ ਨਵਾਣਾ ਆਪਾਂ ਨੇ। ਅੱਛਾ। ਬਾਕੀ ਤੋਰਾ ਫੇਰਾ ਵੀ ਕਰਾਉਂਦੇ ਆ ਇਹਦਾ। ਹੁਣ ਵੀ ਬਾਈ ਜਦੋਂ ਅਸੀਂ ਆਏ ਬਾਈ ਪਹਿਲਾਂ ਨਵਾਣੀ ਲੱਗ ਰਹੇ ਸੀ, ਮਤਲਬ ਸਾਰੇ ਜਿਹੜੇ ਡੰਗਰ ਨਵਾਏ ਸੀ ਪਹਿਲਾਂ ਤੇ ਸਾਰੀ ਨੀਲੀ ਰਾਵੀ ਆ ਬਾਈ ਆਪਣੇ ਕੋਲੇ। ਮੋਰਾ ਤੇ ਨੀਲੀ ਰਾਵੀ ਵੀਰੇ। ਅੱਛਾ ਵਿੱਚ ਮੋਰਾ ਵੀ ਹੈ? ਹਾਂ ਵਿੱਚ ਵਿੱਚ ਝੋਟੇ ਵਾਲੇ ਨੇ ਯਾਨੀ ਕਿ ਆਪਦੇ ਝੋਟੇ ਦੀ ਮਸ਼ਹੂਰੀ ਦੀ ਮਾਰੇ ਨੇ ਬਹੁਤ ਕੁਝ ਕਹਿ ਰਹੇ ਆਪਣੇ ਸਾਰੇ ਸਿਮਨ ਲਵਾਏ ਨੇ। ਅੱਛਾ। ਜਦ ਦੁੱਧ ਤੇ ਆ ਗਏ ਆਪਾਂ ਕਲਾ ਕਲਾ ਰਿਜ਼ਲਟ ਕੱਢ ਕੇ ਦੇ ਦਾਂਗੇ। ਤੇ ਇਹ ਮੇਲੇ ਮੂਲੇ ਤੇ ਲੈ ਕੇ ਗਏ ਹੋ ਬਾਈ ਇਹਨੂੰ? ਇਹ ਵੀਰੇ ਹਜੇ ਖੀਰ ਆਏ ਮੂੰਹੋਂ ਤੇ ਜਿਹੜੇ ਬੰਦੇ ਜਾਣਕਾਰ ਨੇ ਉਹ ਦੇਖ ਵੀ ਲੈਣਗੇ ਯਾਨੀ ਕਿ ਦੰਦਾਂ ਤੋਂ ਦੇਖ ਇਹਨੂੰ। ਇਹ ਖੀਰਾ ਮਤਲਬ ਕਿੰਨੇ ਸਾਲਾਂ ਹੁੰਦਾ ਬਾਈ ਆਪਾਂ ਤਾਂ? ਇਹ ਵੀਰੇ ਦੰਦ ਤੋੜੂਗਾ ਇਹ ਪਹਿਲੀ ਯਾਨੀ ਕਿ ਇੱਥੋਂ। ਅੱਛਾ। ਜਦ ਇੱਕ ਦੰਦ ਤੋੜ ਗਿਆ ਦੋ ਦੰਦ ਤੋੜ ਗਿਆ ਫਿਰ ਦੁੱਗਾ ਹੋ ਜਾਂਦਾ ਯਾਨੀ ਕਿ ਫਿਰ ਚੋਗਾ। ਅੱਛਾ। ਯਾਨੀ ਕਿ ਜਿਹੜੇ ਮੂਰਲੇ ਦੰਦ ਹੁੰਦੇ ਨੇ ਵੱਡੇ ਆਹ ਹੁੰਦੇ ਨੇ ਉਹ। ਠੀਕ ਹੈ। ਹਜੇ ਇਹ ਖੀਰਿਆਂ 'ਚ ਹੈ। ਅੱਛਾ। ਯਾਨੀ ਕਿ 2.5 ਸਾਲ ਦੀ ਉਮਰ ਹੈ। ਤੇ ਸੀਮਨ ਸੁਮਨ ਬਾਰੇ ਬਈ ਕੀ? ਸੀਮਨ ਵੀਰੇ ਮੇਲਾ ਲੜਾ ਕੇ ਇਹਦਾ ਬੀਐਫਏ ਦਾ। ਅੱਛਾ। ਉਦੋਂ ਬਾਅਦ ਸੀਮਨ ਤਿਆਰ ਕਰਾਵਾਂਗੇ ਤਾਂ ਉਹ ਲੈ ਮੇਲੇ ਦੇ ਹਾਂ। ਹਾਂ ਆਪਣੇ ਪਿੰਡ ਵਾਸਤੇ ਇਹਨੂੰ ਸੀਮਨ ਆਪਾਂ ਬਿਲਕੁਲ ਫਰੀ ਦਿਆ ਕਰਾਂਗੇ। ਠੀਕ ਹੈ। ਤੇ ਤੇ ਬਈ ਪਿੰਡ ਵਾਲਿਆਂ ਨੂੰ ਬਾਈ ਕਹਿੰਦਾ ਵੀ ਸੀਮਨ ਫਰੀ ਤਿਆਰ ਕਰਾਂਗੇ ਬਾਈ। ਤੇ ਬਈ ਅੱਛਾ ਵੀ ਨੀਲੀ ਰਾਵੀ ਦੀ ਬਾਈ ਨਿਸ਼ਾਨੀ ਮੇਨ ਕੀ ਹੁੰਦੀ ਹੈ ਇਹ? ਵੀਰੇ ਨੀਲੀ ਰਾਵੀ ਵੈਸੇ ਤਾਂ ਨਾ ਲੋਕ ਆਪਣੇ ਪੈ ਗਏ ਮਾਰਕਿੰਗ ਦੇ ਮਗਰਾ ਵੀ ਮੱਥਾ ਮੂੰਹ ਸਿਹਰਾ ਲੱਤਾਂ ਹੈ ਇਹ ਮਾਰਕ ਦੇ ਮਗਰ ਪੈ ਗਏ। ਪਰ ਨੀਲੀ ਰਾਵੀ ਅਸਲ ਜਿਹੜੀ ਪਾਕਿਸਤਾਨ ਵਾਲੀ ਹੈ ਉਹਦਾ ਢਿੱਡ ਵੱਡਾ ਤੇ ਮਗਰੋਂ ਪੁੱਠਾ ਚੌੜਾ ਹੁੰਦਾ ਤੇ ਜਿਹੜੇ ਇਹ ਸਿੰਘ ਹੈ ਯਾਨੀ ਕਿ ਮੱਥਾ ਵਿੱਚ ਲੁਕਿਆ ਹੁੰਦਾ ਜਿਵੇਂ ਇਹਦੇ ਦਿਖਾ ਸਿੰਘਾਂ ਦੇ ਵਿੱਚ ਮੱਥਾ ਹੈ। ਠੀਕ ਹੈ। ਤੇ ਅੱਗੋਂ ਮਧਰੀ ਗੁੱਡੀ ਦਾ ਹੁੰਦਾ ਇਹ। ਠੀਕ ਵੀ ਇਕੱਲੇ ਮਾਰਕਾਂ ਤੇ ਵੀ ਜ਼ਰੂਰੀ ਨੇ? ਮਾਰਕਾਂ ਤੇ ਨਹੀਂ ਜ਼ਰੂਰੀ, ਹੁਣ ਆਪਣੀ ਇਹ ਝੁੱਟੀ ਖੜੀ ਹੈ ਇਹ ਵੀ ਨੀਲੀ ਦੀ ਹੈ ਦੇਖਾ। ਤੇ ਇਹਦੇ ਮਾਰਕ ਜਮ ਨਹੀਂ ਆਏ ਹੈਗੇ। ਹਾਂ ਇਹਦੇ ਇੱਕੋ ਹੀ ਹੈ ਪੈਰ ਜਿਹਾ ਮੈਨੂੰ ਲੱਗਦਾ ਹੈ ਨਾ। ਹੈ ਮਗਰਲੇ ਪੈਰ ਨੇ। ਪਾਕਿਸਤਾਨ ਦੀ ਤੂੰ ਨੀਲੀ ਕੱਢ ਕੇ ਦੇਖ ਲਈ ਉਹਦੇ ਮੂਰਲੇ ਪੈਰ ਕਦੇ ਨਹੀਂ ਹੋਣਗੇ। ਅੱਛਾ ਜੀ। ਹਾਂ ਠੀਕ। ਯਾਨੀ ਕਿ ਆਪਣੇ ਥੋੜ੍ਹਾ ਜਿਹਾ ਮੇਲਿਆਂ ਕਰਕੇ ਨਾ ਮਾਰਕਾ ਜ਼ਿਆਦਾ ਆਉਣ ਲੱਗ ਗਿਆ। ਠੀਕ ਹੈ। ਅਤੇ ਜਿਹੜਾ ਯਾਨੀ ਕਿ ਇਹਦਾ ਬਾਪ ਅਲਬਖਸ਼ ਚੈਂਪੀਅਨ ਝੋਟਾ ਉਹ ਪੀਡੀਐਫਏ ਦਾ। ਠੀਕ ਹੈ। ਉਹਦਾ ਡਾਇਰੈਕਟ ਕ੍ਰੋਸਿੰਗ ਦਾ ਆਪਣੇ ਕੋਲ ਹੀ ਆਏ ਸੀ ਉਹ ਝੋਟਾ, ਇੱਥੋਂ ਡਾਇਰੈਕਟ ਕ੍ਰੋਸ ਕਰਾਈ ਸੀ ਆਪਣੇ ਮੱਝ। ਅੱਛਾ ਜੀ। ਹਾਂ ਅਤੇ ਇੱਕ ਆਪਣੇ ਕੋਲ ਪਹਿਲਾਂ ਵੀ ਸੀ ਬਾਬਰ ਵੰਦ ਦਾ। ਹਾਂ ਉਹ ਕੀ ਕਿਵੇਂ ਪਹਿਲਾਂ ਉਹ ਝੋਟਾ ਸੀ ਇਹਨਾਂ ਕੋਲ ਬਾਈ ਬਾਬਰ ਵੰਦ ਦਾ, ਉਹ ਕਿਵੇਂ ਬਾਈ ਵੇਚਤਾ ਉਹ? ਉਹ ਵੀਰੇ ਕੋਈ ਯਾਰ ਦੋਸਤ ਗੱਲ ਪੈ ਗਿਆ ਵੈਸਾ ਉਹ ਲੈ ਗਿਆ। ਅੱਛਾ। ਤੇ ਹੁਣ ਫਿਰ ਹੋਰ ਵੀ ਤਿਆਰ ਕਰਾਉਣੇ ਕਿ ਇੱਕ ਹੀ ਤਿਆਰ ਕਰਿਆ ਝੋਟਾ? ਹਜੇ ਝੋਟਾ ਇੱਕ ਹੀ ਤਿਆਰ ਹੈ ਵੀਰੇ, ਬਾਕੀ ਝੋਟੀਆਂ ਤਿਆਰ ਨੇ ਜਿਵੇਂ ਜਿਵੇਂ ਦੁੱਧ ਤੇ ਆਉਣਗੀਆਂ। ਅੱਛਾ। ਆਪਾਂ ਸਾਰੀਆਂ ਦੇ ਸੀਮਨ ਜਿਵੇਂ ਇਹ ਝੋਟੀ ਹੈ ਦੇਖਾ ਇਹ ਆਪਣਾ ਡੈਮਡ ਸਾਹਨ ਦੀ ਹੈ। ਠੀਕ ਹੈ। ਅਤੇ ਡੈਮਡ ਸਾਹਨ ਜਾਣੀ ਕਿ ਬਹੁਤ ਮਸ਼ਹੂਰ ਸਾਹਨ ਹੈ ਉਹ ਅਗਲੀ ਰਾਜੇ ਦੀ ਹੈ। ਠੀਕ ਹੈ। ਇੱਕ ਰਾਜੇ ਦੀ ਆਪਣੇ ਕੋਲ ਝੋਟੀ।